ਅਸਲਾਮ ਵਾਲੇਕਮ ਜੀ ਮੈਂ ਕਿਚਲੋ ਅੱਜ ਤੁਹਾਨੂੰ ਦਿਖਾ ਦਿੰਨੇ ਆ ਕਿ ਅਸੀਂ ਜਦੋਂ ਸਾਊਦੀ ਅਰਬ ਗਿਆ ਸੀ ਅਸੀਂ ਕਿਹੜੇ ਹੋਟਲ ਵਿੱਚ ਰਹਿ ਸਾਂ ਅੱਜ ਤੁਹਾਨੂੰ ਹੋਟਲ ਦਾ ਵਿਜ਼ਿਟ ਕਰਵਾ ਦਿੰਨੇ ਆ ਰਿਆਂ ਅਸੀਂ 3 ਦਿਨ ਇਸ ਹੋਟਲ ਵਿੱਚ ਰਹਿ ਸਾਂ ਇਹ ਹੋਟਲ ਹੈ ਵੇ ਅਜ਼ੀਜ਼ੀਆ ਚ ਮੱਕੇ ਤੋਂ ਥੋੜਾ ਕੁ ਦੂਰ ਹੈ ਰਸੀ ਲੇਕਿਨ ਜਦੋਂ ਅਸੀਂ ਟੈਕਸੀ ਕਰਾਣੇ ਸਾਂ ਤੇ ਕੋਈ 15 ਲੈ ਲੈਂਦਾ ਸੀ ਕੋਈ 20 ਰਿਆ ਲੈ ਲੈਂਦਾ ਹੈ ਰਸੀ ਤੇ ਸਾਨੂੰ ਛੱਡ ਦਿੰਦੇ ਰਹੇ ਸਨ ਤੇ ਲੇਕਿਨ ਐਸੀ ਸਕੂਨ ਸੀ ਬਹੁਤ ਅੱਛਾ ਏਰੀਆ ਹੈ ਐਸੀ ਤੇ ਪੰਜ ਬੈੱਡਰੂਮ ਦਾ ਸੀ ਕਮਰਾ ਲੈ ਆ ਰਸੀ ਇੰਨੀ ਜ਼ਿਆਦਾ ਪ੍ਰਾਈਸ ਵੀ ਨਹੀਂ ਸੀ ਇਹ ਰੀ ਤੇ ਮੇਰੇ ਹਸਬੰਦ ਨੇ ਆਉਣ ਤੋਂ ਪਹਿਲੇ ਹੀ ਬੁਕਿੰਗ ਕਰਵਾ ਲਈ ਇਹ ਰੀ ਸੀ ਤਾਂ ਕਿ ਜਾਣ ਤੋਂ ਉੱਥੇ ਜਦੋਂ ਪਹੁੰਚੇ ਤੇ ਕੋਈ ਪ੍ਰੋਬਲਮ ਨਾ ਹੋਵੇ ਫ੍ਰਿਜ ਟੀਵੀ ਸਾਰਾ ਕੁਝ ਹੈ ਅਲਮਾਰੀ ਵਗੈਰਾ ਵੀ ਹੈ ਕੈਟਲ ਵੀ ਨਮਾਜ਼ ਪ੍ਰਣਾਸੇ ਜਾਨ ਨਮਾਜ਼ ਵੀ ਹੈ ਐਸੀ ਤੇ ਕੁਰਾਨੇ ਪਾਕ ਵੀ ਹੈ ਸੀ ਤੇ ਬਾਥਰੂਮ ਵਗੈਰਾ ਵੀ ਕਲੀਨ ਨੇ ਨੇ ਤੇ ਸਾਰੇ ਉੱਥੇ ਬੰਗਾਲੀ ਕੰਮ ਕਰਦੇ ਨੇ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੋਵੇ ਤਾਨੂੰ ਲੈਂਗੁਏਜ ਦਾ ਮਸਲਾ ਨਹੀਂ ਹੋਏਗਾ ਕਿ ਉਹਨਾਂ ਨੂੰ ਅਰਬੀ ਨਹੀਂ ਆਂਦੀ ਤੇ ਸਾਨੂੰ ਅਰਬੀ ਨਹੀਂ ਆਂਦੀ ਤੇ ਉਹਨਾਂ ਨੂੰ ਤੇ ਆਂਦੀ ਹੈ ਨਾ ਤੇ ਇਸ ਲਈ ਤੁਸੀਂ ਬੁਲਾ ਕੇ ਤੇ ਤੁਸੀਂ ਜਿਹੜਾ ਕੰਮ ਹੋਏ ਤੁਸੀਂ ਕਰਵਾ ਸਕਦੇ ਓ ਕਲੀਨ ਵਗੈਰਾ ਤੇ ਥੋੜੀ ਬਹੁਤੀ ਟਿਪ ਦੇ ਦਿਆ ਕਰੋ ਉਹ ਖੁਸ਼ ਹੋ ਕੇ ਹੋਰ ਕੰਮ ਕਰ ਦੇ ਦੇਣੇ ਤੇ ਅਸੀਂ ਮੈਂ ਵੀਡੀਓ ਜਦੋਂ ਮਦੀਨੇ ਚੱਲੀ ਸੀ ਮੈਂ ਉਸ ਟਾਈਮ ਵੀਡੀਓ ਬਣਾਈ ਸੀ ਮੈਂ ਕਿਹਾ ਸੀ ਪਹਿਲਾਂ ਮੈਂ 3 ਦਿਨ ਰਹਿ ਲਾਂ ਕਿੱਸਾ ਹੈ ਰਵੇ ਤੇ ਫਿਰ ਮੈਂ ਵੀਡੀਓ ਬਣਾਵਾਂਗੀ ਤੇ ਸਟਾਫ ਵੀ ਬਹੁਤ ਅੱਛਾ ਰਸੀ ਤੇ ਅਸੀਂ ਹੁਣ ਜਾ ਰਹੇ ਹਾਂ ਲਿਫਟ ਥਾਣੀ نیچے ਜਾ ਰਹੇ ਰਿਹਾ ਤੇ ਅਸੀਂ ਲਿਫਟ ਦਾ ਵੇਟ ਕਰਦੇ ਆ ਉਹਨਾਂ ਨੇ ਖੁਸ਼ਬੂ ਆਸੇ ਵੀ ਗਲੀ ਚ ਰੱਖਿਆ ਹੈ ਕਿ ਥੋੜੀ ਥੋੜੀ ਖੁਸ਼ਬੂ ਚਲਦੀ ਰਹੇ ਗਲੀ ਚ ਖੁਸ਼ਬੂ ਆਂਦੀ ਰਹੇ ਕਿਉਂਕਿ ਵੱਡੇ ਥੇ ਨੀਚੇ ਬੈਠੇ ਸੰ ਸਮਾਨ ਲੈ ਕੇ ਤੇ ਹਰ ਵਕਤ ਲਿਫਟ ਈ ਚ ਲਾਈਫ ਤਲਾਵਤ ਵੀ ਲੱਗੀ ਹੁੰਦੀ ਹੈ ਤੇ ਸਟਾਫ ਵੀ ਬਹੁਤ ਅੱਛਾ ਹੈ ਰਸੀ ਤੇ ਰਿਸੈਪਸ਼ਨ ਵਾਲੇ ਵੀ ਬਹੁਤ ਅੱਛੇ ਹਨ ਉਹਨਾਂ ਨੂੰ ਥੋੜੀ ਬਹੁਤੀ ਇੰਗਲਿਸ਼ ਆਂਦੀ ਹੈ ਲੇਕਿਨ ਟੁੱਟੀ ਪੁਜੀਓ ਬੋਲ ਲੈਂਦੇ ਰਹਸਨ ਤੇ ਮੈਂ ਕਿਹਾ ਚਲੋ ਥੱਲੇ ਸਿਟਿੰਗ ਰੂਮ ਦਾ ਤਾਂ ਨੋਨਾ ਵਿਜ਼ਿਟ ਕਰਵਾ ਦਵਾਂ ਤੇ ਇਹ ਜਗ੍ਹਾ ਬਹੁਤ ਅੱਛੀ ਸੀ ਜਿੱਥੇ ਅਸੀਂ ਹੋਟਲ 'ਚ ਆਸੀ ਅਸੀਂ ਬਾਹਰ ਨਿਕਲਦੇ ਸਾਰਾ ਸ਼ਾਪਿੰਗ ਸੈਂਟਰ ਹੈ ਰਾਸੀ ਅੱਛੀਆਂ 숍ਾਂਾਂ ਸਾਂ ਖਾਣੇ ਦੀਆਂ ਵੀ ਤੇ ਕੱਪੜਿਆਂ ਦੀਆਂ ਵੀ ਚੀਜ਼ਾਂ ਦੀਆਂ ਸਭ ਦੀਆਂ 숍ਾਂ ਤੁਹਾਨੂੰ ਸਾਹਮਣੇ ਹੀ ਨਜ਼ਰ ਆਣਗੇ ਤੁਸੀਂ ਟੂਰ ਟੂਰ ਕੇ ਵੀ guzara ਕਰ ਸਕਦੇ ਹੋ ਨਾ ਬਹੁਤ ਅੱਛਾ ਸਾਨੂੰ ਲੱਗਾ ਰਾਸੀ ਮੈਂ ਤੁਹਾਨੂੰ ਬਾਹਰ ਦੀ ਵੀ ਵੀਡੀਓ ਲਾ ਕੇ ਦਿਖਾਵਾਂਗੀ ਕਿ ਬਾਹਰ ਵੀ ਕਿਹੋ ਜਿਹਾ ਹੈ ਰਾਸੀ ਮੈਂ ਤੇ ਸਿਰਫ ਅੱਜ ਬਣਾਈ ਇਹ ਰਹੀ ਕਿ ਹੋਟਲ ਕਿਹੋ ਜਿਹਾ ਸੀ ਪ੍ਰਾਈਸ ਇੰਨੇ ਜ਼ਿਆਦਾ ਨਹੀਂ ਹੈ ਰੇ ਤੇ ਤੁਸੀਂ ਅਗਰ ਪੁੱਛਣਾ ਹੋਵੇ ਤੇ ਕੁਝ ਪੁੱਛ ਸਕਦੇ ਹੋ ਤੇ ਇਹ ਰਿਓ ਤੇ ਹੋਟਲ ਸਾਫ ਸੁਥਰਾ ਸੀ ਨਵਾਂ ਹੋਟਲ ਬਣਿਆ ਹੈ ਰਹਾ ਸੀ ਤੇ ਅਸੀਂ ਹੁਣ ਜਾ ਰਹੇ ਆ ਇਹ ਦੇਖੋ ਵੀ ਤੁਹਾਨੂੰ ਬਾਏ ਬਾਏ ਕਰਦਾ ਪਿਆ ਰਹਾ ਤੇ ਅਸੀਂ ਜਦੋਂ ਮਦੀਨੇ ਤੋਂ ਵਾਪਸ ਵੀ ਆਏ ਸਾਂ ਤੇ ਅਸੀਂ ਐਸੇ ਹੋਟਲ ਵਿੱਚ ਦੁਬਾਰਾ ਰੁਕੇ ਸਾਂ ਕਿਉਂਕਿ ਸਾਨੂੰ ਹੋਟਲ ਅੱਛਾ ਲੱਗਾ ਸੀ ਸਭ ਤੋਂ ਵੱਡੀ ਗੱਲ ਸੀ ਸਾਫ ਸੁਥਰਾ ਸੀ ਹੋਟਲ ਦਾ ਨਾਮ ਤੁਸੀਂ ਪਾ ਲਓ ਤੇ ਵਿਊ ਬਹੁਤ ਅੱਛਾ ਸੀ ਸਾਡਾ ਕਮਰਾ ਵੀ ਲਾ ਲਓ ਇਹ ਵਿਊ ਵਾਲੇ ਪਾਸੇ ਸੀ ਤੇ ਸਾਹਮਣੇ ਸੂਬਾ ਉੱਠ ਕੇ ਬਹੁਤ ਨਾਈਸ ਲੱਗਦਾ ਹੈ ਰਹਾ ਜਦੋਂ ਦੇਖੋ ਨਾ ਜਿਸ ਟਾਈਮ ਵੀ ਵੇਖੋ ਤੇ ਭਾਰ ਵਗੈਰਾ ਤੇ ਓਕੇ ਜੀ ਮੈਨੂੰ ਫੋਲੋ ਲਾਈਕ ਕਮੈਂਟ ਕਰ ਲੈਣਾ ਤੇ ਇਸੋ